ਬੀਤੇ ਸਾਲ ਕਿਸਾਨੀ ਅੰਦੋਲਨ ਦੇ ਦੌਰਾਨ ਇੱਕ ਤੋਂ ਬਾਅਦ ਇੱਕ ਕਈ ਕਿਸਾਨਾਂ ਦੀ ਜਾਨ ਗਈ ਅਤੇ ਹੁਣ ਇੱਕ ਵਾਰੀ ਫਿਰ ਤੋਂ ਇੱਕ ਹੋਰ ਕਿਸਾਨ ਦੇ ਵੱਲੋਂ ਸ਼ਹੀਦੀ ਪ੍ਰਾਪਤ ਕੀਤੀ ਗਈ। ਸ਼ੰਭੂ ਬਾਰਡਰ 'ਤੇ ਬਜ਼ੁਰਗ ਕਿਸਾਨ ਦੀ ਜਾਨ ਗਈ ਹੈ। ਕਿਸਾਨ ਜਿਸ ਦਾ ਨਾਮ ਕਿ ਗਿਆਨ ਸਿੰਘ ਸੀ, ਦਿੱਲੀ ਚਲੋ ਮਾਰਚ ਦੇ ਦੌਰਾਨ ਉਹਨਾਂ ਦੀ ਜਾਨ ਗਈ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚਾਚੌਕੀ ਦੇ ਉਹ ਰਹਿਣ ਵਾਲੇ ਸਨ। ਸ਼ੰਭੂ ਬਾਰਡਰ 'ਤੇ ਬਜ਼ੁਰਗ ਕਿਸਾਨ ਦੀ ਜਾਨ ਗਈ ਹੈ ਅਤੇ ਇਸਦੀ ਜਾਣਕਾਰੀ ਮਿਲਣ ਤੋਂ ਬਾਅਦ ਪਤਾ ਲੱਗਿਆ ਕਿ ਦਿਲ ਦਾ ਦੌਰਾ ਪੈਣ ਦੇ ਕਾਰਨ ਇਹ ਸਾਰੀ ਘਟਨਾ ਵਾਪਰੀ। ਕਿਸਾਨ ਦੀ ਪਛਾਣ ਗਿਆਨ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚਾਚੌਕੀ ਦੇ ਰਹਿਣ ਵਾਲੇ, ਕਰੀਬ 70 ਕੁ ਸਾਲ ਦੀ ਉਮਰ ਉਹਨਾਂ ਦੀ ਦੱਸੀ ਜਾ ਰਹੀ ਹੈ, ਜੋ ਕਿ ਕਿਸਾਨ ਮਜ਼ਦੂਰ ਮੋਰਚਾ ਦੇ ਨਾਲ ਜੁੜੇ ਹੋਏ ਸਨ। ਇਸ ਮੌਕੇ 'ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਕਰੀਬ 1 ਕਿੱਲੇ ਦੀ ਜ਼ਮੀਨ ਹੈ। ਉਸਨੂੰ ਬਚਾਉਣ ਦੇ ਲਈ ਉਹ ਬੀਤੇ ਸਾਲ ਦੇ ਵਿੱਚ ਵੀ ਜਦੋਂ ਇਹ ਅੰਦੋਲਨ ਹੋਇਆ ਸੀ ਉਸ ਸਮੇਂ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਹੁਣ ਵੀ 11 ਤਰੀਕ ਤੋਂ ਕਿਸਾਨਾਂ ਦੇ ਨਾਲ ਖੜ੍ਹੇ ਸੀ। ਪਰ ਅਚਾਨਕ ਹੀ ਇਹ ਮੰਦਭਾਗੀ ਘਟਨਾ ਵਾਪਰੀ ਅਤੇ ਇਸਦਾ ਕਾਰਨ ਹੋਰ ਉਹ ਕੀ ਦੱਸ ਰਹੇ ਨੇ ਕਿ ਇਸ ਤਰ੍ਹਾਂ ਦੇ ਨਾਲ ਅਥਰੂ ਗੈਸ ਜਿਵੇਂ ਛੱਡੇ ਗਏ ਸੀ ਅਤੇ ਉਸ ਤੋਂ ਬਾਅਦ ਕਿਸਾਨਾਂ ਦੀ ਹਾਲਤ ਵਿਗੜਨੀ ਸ਼ੁਰੂ ਹੋਈ ਸੀ। ਇਸ ਦੇ ਬਾਬਤ ਵੀ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਸੁਣ ਲੈਂਦੇ ਹਾਂ। ਉੱਥੋਂ ਹਰਿਆਣਾ ਸਰਕਾਰ ਨੇ ਉਹਨਾਂ ਦੇ ਵਾਸਤੇ ਬਾਰਡਰ ਬੈਰੀਅਰ ਲਾ ਤੇ, ਉਹਨਾਂ ਕੂਚ ਕਰਨਾ ਸੀ ਦਿੱਲੀ ਨੂੰ, ਉੱਥੇ ਅਥਰੂ ਗੈਸ ਦੇ ਗੋਲੇ ਛੱਡੇ ਉਹਨਾਂ ਨਾਲ, ਉਹਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਨਿੱਜੀ ਹੋਸਪਿਟਲ ਦੇ ਵਿੱਚ ਦਾਖਲ ਕਰਵਾਇਆ ਉਹਨਾਂ ਨੂੰ, ਪਰ ਉਹਨਾਂ ਦੀ ਤਬੀਅਤ ਵਿਗੜਦੀ ਗਈ। ਬਾਅਦ ਰਜਿੰਦਰਾ ਲੈ ਕੇ ਗਏ ਰਾਤ ਦੇ, ਪਰ ਉਹਨਾਂ ਨੂੰ ਸੁਬਹਾ ਸ਼ਹੀਦੀ ਦਾ ਜਾਮ ਪੀਣਾ ਪਿਆ। ਇਹ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ, ਪਰ ਇੱਦਾਂ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਹੀ ਬਣਾ ਤਾ, ਅਥਰੂ ਗੈਸ ਦੇ ਗੋਲੇ ਸੁੱਟ ਸੁੱਟ ਕੇ ਗੋਲੀਆਂ ਮਾਰੀਆਂ, ਕੁਝ ਜ਼ਖਮੀ ਹੋ ਗਏ, ਉਹਨਾਂ ਦਾ ਸਾਹ ਘੁੱਟਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ, ਉਹ ਸ਼ਹੀਦੀ ਦਾ ਜਾਮ ਪੀ ਗਏ ਆ। ਇਹ ਸਰਕਾਰਾਂ ਨੂੰ ਸੁਧਰਨਾ ਚਾਹੀਦਾ ਵਾ, ਨਹੀਂ ਸੁਧਰੀਆਂ ਸਾਨੂੰ ਵੀ ਜਾਣਾ ਪਊਗਾ, ਸਾਨੂੰ ਵੀ ਸ਼ਹੀਦੀਆਂ ਪਾਉਣੀਆਂ ਪੈਣਗੀਆਂ। ਇਹਨਾਂ ਨੂੰ ਮੰਨਣੀ ਚਾਹੀਦੀ ਗੱਲ। ਇਹ 11 ਤਰੀਕ ਤੋਂ ਗਏ ਸੀ, ਇਹ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪਰਿਵਾਰ 'ਚ ਉਹਨਾਂ ਦਾ, ਅਸੀਂ ਉਹਨਾਂ ਦੇ ਭਤੀਜੇ ਹਾਂ ਅਤੇ ਸਾਡੇ ਪਿਤਾ ਜੀ ਦੀ ਡੈਥ ਹੋ ਗਈ ਹੈ, ਇੱਕ ਉਹਨਾਂ ਦਾ ਛੋਟਾ ਭਰਾ ਵਾ ਅਤੇ ਸਾਡੇ ਕੋਲ ਹੀ ਰਹਿੰਦੇ ਸੀਗੇ, ਨਾਲ ਜਾਂਦੇ ਸੀ, ਦਿੱਲੀ ਵੀ ਜਾ ਕੇ ਆਏ ਆ, ਜਿੱਥੇ ਸੰਘਰਸ਼ ਹੁੰਦਾ ਸੀ ਉੱਥੇ ਜਾ ਕੇ ਆਉਂਦੇ ਸੀ। ਅਥਰੂ ਗੈਸ ਕਾਰਨ ਹੋਈ ਆ, ਇਹ ਡੈਡ ਬੋਡੀ ਇਹਨਾਂ ਦੀ ਕੱਲ੍ਹ ਤੱਕ ਸੈਂਦ ਆਊਗੀ। ਹਾਂਜੀ, ਉੱਥੇ ਹੋਈ ਆ, ਸਾਡੇ ਪਿੰਡ ਦੇ ਜਗਦੀਪ ਸਿੰਘ ਸਰਪੰਚ ਵਾ, ਉਹਨਾਂ ਨਾਲ ਗੱਲ ਹੋਈ ਆ, ਉਹ ਉੱਥੇ ਉਹਨਾਂ ਦੇ ਕੋਲ ਹੀ ਆ। ਕਿੰਨੀ ਤਰੀਕ ਤੋਂ ਗਏ? ਇੱਥੋਂ 11 ਤਰੀਕ ਤੋਂ ਗਏ ਸੀਗੇ। ਸਰਕਾਰ ਤੋਂ ਇਹੋ ਮੰਗ ਆ ਵੀ ਜਿਹੜਾ ਕਰਜ਼ਾ ਉਹਨਾਂ ਦੇ ਉਹ ਮਾਫ਼ ਹੋਣੇ ਚਾਹੀਦੇ ਆ, ਅਤੇ ਬਹੁਤ ਘਰੋਂ ਮਾਤੜ ਆ, ਜ਼ਮੀਨ ਬਹੁਤ ਘੱਟ ਵਾ, ਜ਼ਮੀਨ ਦਾ 1 ਕਿੱਲਾ ਉਹਨਾਂ ਨੂੰ ਮਹਾਂ ਆਉਂਦਾ ਸੀਗਾ, ਬਹੁਤ ਮੰਦੇ ਹਾਲ ਕਰਦੇ, ਤੁਸੀਂ ਵੇਖ ਹੀ ਲਏ। ਬਹੁਤ ਦਿੱਲੀ ਵੀ ਜਾ ਕੇ ਆਏ ਆ, ਜਿੱਥੇ ਅੰਦੋਲਨ ਹੁੰਦਾ ਉੱਥੇ ਜਾਂਦੇ ਸੀਗੇ। ਅੰਦੋਲਨ ਬਾਅਦ ਇਹੋ ਹੀ ਆ ਵੀ ਖਤਮ ਕਰੇ, ਕਿਸਾਨਾਂ ਦੀਆਂ ਮੰਗਾਂ ਮੰਨ ਲਏ। ਇੱਦਾਂ ਬਹੁਤ ਨੁਕਸਾਨ ਹੋਣ ਡਿਆ ਕਿਸਾਨਾਂ ਦਾ, ਕਈ ਜ਼ਖਮੀ ਹੋ ਗਏ ਆ, ਕਈਆਂ ਦੀ ਡੈਥ ਹੋ ਰਹੀ ਆ, ਸ਼ਹੀਦੀ ਦਾ ਜਾਮ ਪੀ ਰਹੇ ਆ। ਸਾਨੂੰ ਕੱਲ੍ਹ ਦਾ ਸਰਪੰਚ ਨੇ ਫੋਨ ਕੀਤਾ ਸੀ, ਉਹਨਾਂ ਦੀ ਅਥਰੂ ਗੈਸ ਦੇ ਗੋਲਿਆਂ ਨਾਲ ਤਬੀਅਤ ਖਰਾਬ ਹੋ ਗਈ, ਉਹਨਾਂ ਨੇ ਉੱਥੇ ਨਿੱਜੀ ਹੋਸਪਿਟਲ ਲੈ ਕੇ ਗਏ ਸੀ, ਪਰ ਉਹਨਾਂ ਦੀ ਜਦੀ ਤਬੀਅਤ ਵਿਗੜਦੀ ਗਈ ਅਤੇ ਸੁਬਹਾ 5 ਵਜੇ ਉਹ ਸ਼ਹੀਦੀ ਦਾ ਜਾਮ ਪੀ ਗਿਆ, ਰਜਿੰਦਰਾ ਹੋਸਪਿਟਲ ਜਾ ਕੇ। ਮੇਰਾ ਭਰਾ ਸੀ, ਕਿੱਦਾਂ ਡੈਥ ਹੋਈ? ਇੱਦਾਂ ਗਿਆ ਨਾਲ ਬਾਹਰਲੇ ਗੋਲੇ ਗਾਲੇ ਛੁੱਟਿਆਂ ਦਾ,
ਉਹਨਾਂ ਦੀ ਡੈਥ ਹੋ ਗਈ ਆ। ਕਿਸਾਨੀ ਦੇ ਅੰਦੋਲਨ ਚ ਗਿਆ ਹੈ? ਤੁਹਾਡੇ ਤੋਂ ਵੱਡੇ ਕਿ ਛੋਟੇ? ਨਹੀਂ ਵੱਡੇ ਸੀ, ਵੱਡੇ ਤੇ ਉਹਨਾਂ ਦੀ ਇਸ ਕਰਕੇ ਮੌਤ ਹੋ ਗਈ। ਕੀ ਮੰਗ ਕੀ ਕਰਦੇ ਸਰਕਾਰ ਤੋਂ? ਮੰਗ ਇਹੋ ਜਿਹੇ ਗਰੀਬੀ ਤੌਰ ਤੇ ਅਸੀਂ ਕਹਿੰਦੇ ਵੀ ਕੁਛ ਨਾ ਕੁਛ ਮਿਲੇ। ਕਿੰਨੇ ਕੁ ਚਿਰ ਤੋਂ ਜੁੜੇ ਸੀ ਕਮੇਟੀ ਨਾਲ? ਅਸੀਂ ਜੀ ਜਦੋਂ ਆਉਂਦਾ ਉਦੋਂ ਚੱਲ ਜਾਈਦੇ ਸਰਪੰਚ ਸਾਹਿਬ। ਤੇ ਪਿਛਲੇ ਅੰਦੋਲਨ ਚ ਗਏ? ਪਿਛਲੇ ਚ ਵੀ ਜਾਂਦੇ ਰਹੇ ਆ, ਉਦੋਂ ਪਿਛਲਿਆਂ ਚ ਵੀ ਜਾਂਦੇ ਆ ਤੇ ਜਦੋਂ ਉਹਨੇ ਆਵਾਜ਼ ਮਾਰਨੀ ਉਦੋਂ ਅਸੀਂ ਜਾਣਾ। ਕਿੰਨੀ ਉਮਰ ਸੀ ਉਹਨਾਂ ਦੀ? ਉਹਨਾਂ ਦੀ ਉਮਰ ਹੋਣੀ ਆ 70-75। ਹਾਂਜੀ ਸਾਨੂੰ ਇੱਥੋਂ ਹੀ ਪਤਾ ਲੱਗਿਆ ਵੀ ਡੈਥ ਹੋ ਗਈ ਆ, ਫੋਨ ਆਏ ਸਰਪੰਚ ਨੇ ਫੋਨ ਕੀਤਾ ਇਹਨਾਂ ਨੂੰ ਡੈਥ ਹੋ ਗਈ ਸਵੇਰੇ। ਹਾਂਜੀ ਜਗਿੰਦਰ ਸਿੰਘ। ਦਿੱਲੀ ਵੱਲ ਕਿਸਾਨਾਂ ਦੇ ਮਾਰਚ ਦੇ ਦੌਰਾਨ ਚੰਬੂ ਸਰਹੱਦ ਤੇ ਅਥਰੂ ਗੈਸ ਦੇ ਪ੍ਰਭਾਵ ਦੇ ਨਾਲ ਪਾਣੀਪਤ ਤੇ GRP ਦੇ ਵਿੱਚ ਤੈਨਾਤ ਇੱਕ ਸਬ ਇੰਸਪੈਕਟਰ ਹੀਰਾ ਲਾਲ ਦੀ ਜਾਨ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਪਾਣੀਪਤ ਦੀ ਸਮਾਲਖਾ ਚੌਂਕੀ ਤੇ ਤੈਨਾਤ ਸੀ ਅਤੇ ਦਿੱਲੀ ਦੇ ਵੱਲ ਮਾਰਚ ਕਰਨ ਦੇ ਲਈ ਕਿਸਾਨਾਂ ਦੇ ਸੱਦੇ ਤੋਂ ਬਾਅਦ ਸ਼ੰਭੂ ਸਰਹੱਦ ਦੇ ਵੱਲ ਫੋਰਸ ਦੇ ਨਾਲ ਗਿਆ ਸੀ। ਹੀਰਾ ਲਾਲ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ ਉਹਨਾਂ ਦੀ ਉਮਰ 52 ਸਾਲ ਹੈ ਜੋ ਕਿ ਮੂਲ ਰੂਪ ਦੇ ਨਾਲ ਚੁਲਕਾਣਾ ਪਿੰਡ ਦਾ ਰਹਿਣ ਵਾਲਾ ਸੀ। GRP ਦੇ ਵਿੱਚ ਸਬ ਇੰਸਪੈਕਟਰ ਸੀ ਉਹ ਅਤੇ ਸਮਾਲਖਾ GRP ਚੌਂਕ 'ਤੇ ਡਿਊਟੀ 'ਤੇ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹੀਰਾ ਲਾਲ ਨੂੰ 3-4 ਸਾਲ ਪਹਿਲਾਂ ਹੀ ਸਮਾਲਖਾ ਚੌਂਕੀ ਤੋਂ ਅੰਬਾਲਾ ਭੇਜਿਆ ਗਿਆ ਸੀ।